ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਨ ਦੁਨੀਆ ਦੇ ਮਾਲਕ ਦਾਤਾਰ ਪ੍ਰਭੂ ਜੀ ਦੀ ਪਵਨ ਪਵਿੱਤਰ ਗੋਦ ਅੰਦਰ ਜੁੜ ਮਿਲ ਬੈਠ ਕਰ ਸਹਿਬਾਂ ਦੇ ਸਨਮੁਖ ਜੋਦੜੀਆਂ ਪ੍ਰਾਰਥਨਾਵਾਂ ਬਿੰਦੀਆਂ ਕਰਦੇ ਹੋਏ ਆ ਰਹਿਆਂ ਮਹਾਰਾਜ ਅ ਸਾਡੇ ਤੇ ਕਿਰਪਾ ਕਰੋ ਅ ਸਾਡੇ ਦੁੱਖਾਂ ਦਾ ਸਾਡੇ ਜਨਮ ਮਰਨ ਦਾ ਸਾਡੇ ਰੋਗਾਂ ਦਾ ਨਸ਼ਟ ਕਰੋ ਸਾਨੂੰ ਇਹਨਾਂ ਤੋਂ ਬਚਾਓ ਪਾਤਸ਼ਾਹ ਅ ਸਾਡੇ ਤੇ ਕਿਰਪਾ ਕਰਦੇ ਆਂ ਰਹਿਮਤ ਵਰਸਾਉਂਦੇ ਆਂ ਹੋਇਆ ਕਿਰਪਾਲੂ ਦਿਆਲੂ ਸਤਗੁਰੂ ਜੀ ਸਾਨੂੰ ਜੋ ਨਿਰਗੁਣ ਰੂਪ ਦੇ ਅੰਦਰ ਉਪਦੇਸ਼ ਬਖਸ਼ਿਸ਼ ਕੀਤਾ ਹੈ ਉਹ ਸੰਸਾਰ ਨੂੰ ਸਰਗੁਣਤਾ ਦੇ ਵਿੱਚ ਆ ਕੇ ਸਮਝਾਇਆ ਹੈ ਜਿਹੜੇ ਸਮਕਾਲੀਨ ਗੁਰੂ ਕੇ ਸਿੱਖਾਂ ਨੇ ਸਰਗੁਣਤਾ ਦੀ ਸੰਗਤ ਮਾਣੀ ਸਰਗੁਣਤਾ ਦਾ ਦੇਦਾਰ ਕੀਤਾ ਸਰਗੁਨਤਾ ਦੇ ਅੰਦਰ ਰਹਿ ਕੇ ਸਤਿਗੁਰੂ ਦੇ ਨਦਰ ਦੇ ਪਾਤਰ ਬਣੇ ਉਹਨਾਂ ਜੋ ਸਰਗੁਨ ਸਰੂਪ ਤੂਪਦੇਸ਼ ਸੁਣਿਆ ਰਸਤਾ ਸੁਣਿਆ ਗਿਆਨ ਸਮਝਿਆ ਉਸ ਨੂੰ ਸੰਸਾਰ ਦੇ ਜੀਵਨ ਨੂੰ ਅੱਗੇ ਸਮਝਾਉਣ ਦਾ ਯਤਨ ਕੀਤਾ ਉਹ ਗੁਰੂ ਕੀ ਗੱਲ ਗੁਰੂ ਕੀ ਵਿਚਾਰ ਕਿਸ ਤਰ੍ਹਾਂ અપnai ਜਾਣੀ ਕਿਸ ਤਰ੍ਹਾਂ ਚੱਲਿਆ ਜਾਣਾ ਉਹ ਮਹਾਨ ਗੁਰਸਿੱਖਾਂ ਨੇ ਅੱਗੇ ਵਰਤਾਰਾ ਵਰਤਾਇਆ ਉਨ੍ਹਾਂ ਮਹਾਨ ਗੁਰਸਿੱਖਾਂ ਵਿੱਚੋਂ ਭਾਈ ਸਹਿਬਾਈ ਗੁਰਦਾਸ ਸਾਹਿਬ ਜੀ ਨੇ ਬੜੇ ਪ੍ਰੇਮ ਨਾਲ ਉਹ ਗੁਰੂ ਦਾ ਗਿਆਨ ਗੁਰੂ ਕੀ ਗੁਰਮਤ ਗੁਰੂ ਦਾ ਮਾਰਗ ਗੁਰੂ ਕੇ ਅੰਦੇ ਨਾਲ ਮਿਲਾਪ ਕਿਵੇਂ ਹੋਣਾ ਹੈ ਉਹ ਸਾਨੂੰ ਕਿਰਪਾ ਕਰਕੇ ਸਮਝਾਉਂਦੇ ਆ ਰਹੇ ਨੇ ਆਪਣੀ ਰਚਨਾਵਲੀ ਦੇ ਅੰਦਰ ਭਾਈ ਸਾਹਿਬ ਜਿੱਦੀ ਰਸਨਾਵਲੀ ਦੇ ਚੱਲ ਰਹੀ ਲੜੀਵਾਰ ਵਿਚਾਰ ਦੁਆਰਾ ਭਾਈ ਸਾਹਿਬ ਸਾਨੂੰ ਬਖਸ਼ਿਸ਼ ਕਰਦੇ ਆ ਰਹੇ ਨੇ ਕਵਿਤਾ ਦੇ ਦੁਆਰਾ ਕਹਿੰਦੇ ਬੂੰਦ ਬੂੰਦ ਵਰਕ ਪਰ ਨਾਰੀ ਬਹਿ ਚੱਲ ਜਲ ਭਾਈ ਗੁਰਦਾਸ ਸਾਹਿਬ ਕਹਿੰਦੇ ਸੰਸਾਰ ਦੇ ਅੰਦਰ ਅਸਮਾਨ ਵਿੱਚੋਂ ਬਰਖਾ ਹੁੰਦੀ ਏ ਪਾਣੀ ਦੀਆਂ ਬੂੰਦਾਂ ਟਪਕਦੀਆਂ ਨੇ ਬਰਸਦੀਆਂ ਨੇ ਉਹ ਜਿਸ ਵਕਤ ਧਰਤੀ ਤੇ ਆ ਕੇ ਡਿੱਗਦੀਆਂ ਨੇ ਜੋ ਜੀਵਾਂ ਨੇ ਆਪਣੇ ਘਰ ਮਕਾਨ ਬੁਣਾਈ ਹੋਏ ਨੇ ਉਹਨਾਂ ਤੇ ਵੀ ਪੈਂਦੀਆਂ ਨੇ ਜਦੋਂ ਉਹਨਾਂ ਤੇ ਉਹ ਪਾਣੀ ਦੀਆਂ ਬੂੰਦਾਂ ਪੈਂਦੀਆਂ ਨੇ ਭਾਈ ਸਾਹਿਬ ਕਹਿੰਦੇ ਉਹ ਪਾਣੀ ਹੁਣ ਉੱਪਰ ਤਾਂ ਖੜਾ ਰਹਿ ਨਹੀਂ ਸਕਦਾ ਉਹ ਇਕੱਠਾ ਹੋ ਕੇ ਪ੍ਰਣਾਲੇ ਚੱਲ ਪੈਂਦੇ ਨੇ ਥੱਲੇ ਨੂੰ ਉਪਰੋਂ ਛੱਤ ਤੋਂ ਪਾਣੀ ਥੱਲੇ ਲਾਉਣ ਦਾ ਜੋ ਆਪਾਂ ਸਾਧਨ ਬਣਾਇਆ ਹੁੰਦਾ ਹੈ ਉਹਦੇ ਦੁਆਰਾ ਉਹ ਪਾਣੀ ਇਕੱਠਾ ਹੋ ਕੇ ਥੱਲੇ ਆਉਣ ਲੱਗ ਜਾਂਦਾ ਹੈ ਕੰਡੇ ਫਿਰ ਬਾਹਰਿਓ ਉਮੰਗ ਬਹਿ ਬੀਥੀ ਬੀਥੀ ਆਇ ਕ ਕਿੰਨੇ ਘਰਾਂ ਦਾ ਪਾਣੀ ਔਰ ਕਿੰਨੇ ਮਕਾਨਾਂ ਦਾ ਪਾਣੀ ਮਿਲ ਕੇ ਘਰਾਂ ਦੇ ਵਿੱਚੋਂ ਸਾਰਾ ਪਾਣੀ ਨਿਕਲ ਕੇ ਬੀਥੀ ਮੈਨੇ ਗਲੀਆਂ ਉਹ ਗਲੀਆਂ ਦੇ ਵਿੱਚ ਪਾਣੀ ਬਹੁਤਾ ਇਕੱਠਾ ਹੋ ਕੇ ਫਿਰ ਬਹੁਤ ਤੇਜ਼ੀ ਦੇ ਨਾਲ ਚੱਲਦਾ ਤੁਰਿਆ ਜਾਂਦਾ ਹੈ ਭਾਈ ਸਾਹਿਬ ਕਹਿੰਦੇ ਉਹ ਇਕੱਠਾ ਹੋ ਕੇ ਅੱਗੇ ਵੱਡੇ ਨਾਲਿਆਂ 'ਚ ਪੈਂਦਾ ਭਾਈ ਸਾਹਿਬ ਕਹਿੰਦੇ ਤਾਤੇ ਨੋਰਾ ਨੂਰਾ ਭਰ ਚਲ ਤ ਚਤਰ ਕੁੰਟ ਜਿਹੜੇ ਅੱਗੇ ਨਗਰਾਂ ਤੋਂ ਨਾਲੇ ਬਾਹਰ ਕੱਢੇ ਹੁੰਦੇ ਆ ਪਾਣੀ ਦਾ ਨਿਕਾਸ ਵਾਸਤੇ ਉਹ ਗਲੀਆਂ ਦੁਆਰਾ ਪਾਣੀ ਹੁੰਦਾ ਹੋਇਆ ਉਹਨਾਂ ਨਾਲਿਆਂ 'ਚ ਪੈ ਜਾਂਦਾ ਤੇ ਭਾਈ ਸਾਹਿਬ ਕਹਿੰਦੇ ਹਣ ਸਾਰੇ ਘਰਾਂ ਦਾ ਸਾਰੇ ਨਗਰ ਦਾ ਪਾਣੀ ਤੇ ਉਹ ਨਾਲੇ ਭਰ ਜਾਂਦੇ ਤੇ ਭਰ-ਭਰ ਕੇ ਨਾਲੇ ਜਿਹੜੇ ਨੇ ਉਹ ਚਲਤ ਚੱਲ ਰਹੇ ਨੇ ਚਾਰੇ ਪਾਸਿਆਂ ਤੋਂ ਚੌਗਿਰਦੇ ਉਹ ਪਾਣੀ ਵਹਿੰਦਾ ਹੋਇਆ ਸਰਤਾ ਸਰਤਾ ਪ੍ਰਤਮ ਮਿਲਤ ਹੈ ਜਾਇਕੈ ਅੱਗੇ ਉਹ ਪਾਣੀ ਜਿਹੜਾ ਵੱਡੀਆਂ ਨਦੀਆਂ 'ਚ ਪੈ ਜਾਂਦਾ ਉਹਨਾਂ ਨੂੰ ਮਿਲ ਜਾਂਦਾ ਉਹਦਾ ਹੋਰ ਵਹਨ ਤੇਜ਼ ਹੋ ਜਾਂਦਾ ਅੱਗੇ ਉਹ ਤੇਜ਼ੀ ਨਾਲ ਉਹ ਚੱਲਦਾ ਤੇ ਭਾਈ ਸਾਹਿਬ ਕਹਿੰਦੇ ਸਰ ਤਸਕਲ ਜਲ ਪਰ ਬਲ ਪ੍ਰਵਾਹ ਚੱਲ ਫਿਰ ਉਹ ਨਦੀਆਂ ਦਾ ਪਾਣੀ ਬੜਾ ਤੇਜ਼ ਹੁੰਦਾ ਪ੍ਰਣਾਲੇ 'ਚੋਂ ਡਿੱਗਦਾ ਪਾਣੀ ਕਿਸੇ ਨੂੰ ਰੋੜ ਨਹੀਂ ਸਕਦਾ ਗਲੀ ਵਿੱਚੋਂ ਪਾਣੀ ਜਾਂਦਾ ਕਿਸੇ ਨੂੰ ਡੋਬ ਨਹੀਂ ਸਕਦਾ ਔਰ ਜਦੋਂ ਨਦੀਆਂ ਦਾ ਵਹਾਅ ਬਣ ਗਿਆ ਉਸੇ ਪਾਣੀ ਦਾ ਉਦੋਂ ਖਤਰਨਾਕ ਬਣ ਗਿਆ ਡੋਬਣ ਵਾਲਾ ਬਣ ਗਿਆ ਰੋੜਨ ਵਾਲਾ ਬਣ ਗਿਆ ਕਹਿੰਦੇ ਉਹਨਾਂ ਦਾ ਬੜਾ ਤੇਜ਼ ਪ੍ਰਵਾਹ ਚੱਲਣ ਲੱਗ ਪਿਆ ਤਿੱਖਾ ਉਹ ਪਾਣੀ ਦਾ ਤੇ ਉਹ ਚਲਦਾ ਹੋਇਆ ਪਾਣੀ ਇਕੱਠਾ ਹੋਇਆ ਸੰਗਮ ਸੁੰਦਰ ਹੁਤ ਸਮਤ ਸੁਮਾਇਕ ਬਾਈ ਗੁਰਦਾਸ ਸਾਹਿਬ ਕਹਿੰਦੇ ਉਹ ਪਾਣੀ ਚੱਲਦਾ ਪ੍ਰਵਾਹ ਚੱਲਦਾ ਹੋਇਆ ਨਦੀਆਂ ਦਾ ਸਮੁੰਦਰ ਵੱਲ ਨੂੰ ਚੱਲ ਪਿਆ ਸਮੁੰਦਰ ਨੂੰ ਮਿਲਣਾ ਹੈ ਚੱਲਦਾ ਹੋਇਆ ਸਮੁੰਦਰ ਵੱਲ ਨੂੰ ਆਪਣਾ ਸਫ਼ਰ ਤੈਅ ਕਰਨ ਲੱਗ ਪਿਆ ਔਰ ਉਹਦੇ ਸਮਤ ਬਰਾਬਰ ਹੋਣ ਲੱਗ ਪਿਆ ਜਾ ਕੇ ਮਿਲ ਕੇ ਉਹਦੇ ਬਰਾਬਰ ਉਹਦੇ ਵੱਤ ਹੋ ਗਿਆ ਉਹਦੀ ਸਮਤਾ ਉਹਦੀ ਬਰਾਬਰਤਾ ਹੀ ਪਾ ਲਈ ਜਦੋਂ ਉਹਦੇ ਵਿੱਚ ਜਾ ਮਿਲਿਆ ਸਮੁੰਦਰ ਹੁਣ ਕੋਈ ਨਹੀਂ ਕਹਿੰਦਾ ਪ੍ਰਣਾਲੇ ਵਿੱਚੋਂ ਨਿਕਲਿਆ ਦਾਲੇ ਕੋਈ ਨਹੀਂ ਉਹਨੂੰ ਕਹਿੰਦਾ ਜਿਹੜਾ ਗਲੀ ਦੇ ਵਿੱਦੀ ਆਇਆ ਪਾਣੀ ਨਾਲੇ ਦੇ ਵਿੱਦੀ ਆਇਆ ਪਾਣੀ ਸਾਰੇ ਪਾਸਿਓਂ ਸਮੁੰਦਰ ਦਾ ਜਲ ਕਹਲਾਉਂਦਾ ਹੈ ਭਾਈ ਸਾਹਿਬ ਕਹਿੰਦੇ ਜਾਂ ਮੈਂ ਜੈਸੀ ਇਹ ਸਮਾਈ ਤੈਸੀ ਇਹ ਮੈਂ ਮਾਂ ਬੁੱਢਾਈ ਕਹਿੰਦੇ ਜਿਸ ਤਰ੍ਹਾਂ ਦੀ ਕੋਈ ਸਮਾਈ ਕਰਦਾ ਮਿਲਾਪ ਕਰਦਾ ਸਥਿਰਤਾ ਪਾਉਂਦਾ ਟਿਕਾਉ ਪਾਉਂਦਾ ਭਾਈ ਸਭ ਕਹਿੰਦੇ ਤੈਸੀਏ ਤਿਸੇ ਤਰ੍ਹਾਂ ਉਹਦੀ ਮਹਿਮਾ ਹੁੰਦੀ ਵਡਿਆਈ ਹੁੰਦੀ ਉਹ ਵਡਿਆਈ ਨੂੰ ਪਾਉਂਦਾ ਓਛਾ ਓ ਗੰਭੀਰ ਧੀਰ ਇੱਕ ਓਛਾ ਓਛੇ ਹੋਛੇ ਖਾਲੀ ਦੇੜੇ ਨੇ ਤੇ ਇੱਕ ਦੇੜੇ ਗੰਭੀਰ ਧੀਰ ਗੰਭੀਰ ਨਿਰਹਲ ਜਿਨ੍ਹਾਂ ਨੂੰ ਕੋਈ ਹਲਾ ਨਾ ਸਕੇ ਬੜੇ ਗੂੜੇ ਆਛੇ ਵਾਲੇ ਹੈ ਤਾਂ ਉਹਨਾਂ ਕੋਲ ਬਹੁਤ ਕੁਝ ਪਰ ਧੀਰਜ ਧਾਰੀ ਨੇ ਕਾਲਾ ਪੰਨ ਨਹੀਂ ਬੜੇ ਠਰਮੇ ਨਾਲ ਚੱਲਦੇ ਇੱਕ ਹੋਛੇ ਮੇਰੇ ਵਰਗਿਆਂ ਦੇ ਪੱਲੇ ਕੱਖ ਨਹੀਂ ਤੇ ਫੋੜਾ ਵੱਡੀਆਂ-ਵੱਡੀਆਂ ਮਾਰਦੇ ਫੁਲਾਫੇ ਬਾਜੀਆਂ ਕਰਦੇ ਆਂਗਾ ਬਹੁ ਕਰਦੇ ਆਂਗੇ ਭਾਈ ਸਭ ਕਹਿੰਦੇ ਉਹ ਹੋਛੇ ਉਹ ਖਾਲੀ ਤੇ ਜਿਨ੍ਹਾਂ ਦੇ ਕੋਲ ਕੁਝ ਉਹ ਧੀਰਜ ਧਾਰੀ ਟਿਕਾਉ ਵਾਲੇ ਬੈਠੇ ਹੋਏ ਨੇ ਬੁੱਝੀਐ ਬੁਲਾਇ ਕਹ ਕਹਿੰਦੇ ਜਦੋਂ ਉਹਨਾਂ ਨੂੰ ਪੁੱਛੀਏ ਬੁਲਾ ਕੇ ਪਤਾ ਲੱਗ ਜਾਂਦਾ ਹੈ ਕਿ ਇਹਦੇ ਪੱਲੇ ਕੁਝ ਨਹੀਂ ਉਹਨਾਂ ਦੋਨਾਂ ਦੀ ਪਛਾਣ ਆ ਜਾਂਦੀ ਏ ਭਾਈ ਸਾਹਿਬ ਕਹਿੰਦੇ ਇਸ ਕਰਕੇ ਜੀਵ ਤੂੰ ਇਧਰ ਸੰਸਾਰ ਦੇ ਵਿੱਚ ਆਇਆ ਜਿਵੇਂ ਆਕਾਸ਼ 'ਚੋਂ ਡਿੱਗੀ ਬੂੰਦ ਔਰ ਬिखर ਜਾਵੇ ਖਤਮ ਹੋ ਸਕਦੀ ਏ ਪਰ ਜਦੋਂ ਚੱਲ ਪੈਂਦੀ ਏ ਮਲਾਪ ਕਰਕੇ ਨਾਲ ਇੱਕ ਦਿਨ ਸਮੁੰਦਰ ਹੋ ਜਾਂਦੀ ਏ ਸਮੁੰਦਰ ਤੇ ਜੇ ਉਹ ਬੂੰਦ ਦਾ ਹਉਮੈ ਕਰੇ ਹੰਕਾਰ ਕਰੇ ਮੈਂ ਨਹੀਂ ਕਿਸੇ ਦੇ ਨਾਲ ਤੁਰਨਾ ਰਲਣਾ ਕਹਿੰਦੇ ਸੁਖ ਜਾਵੇਗੀ ਮਾਰੂ ਥਲ ਦੇ ਅੰਦਰ ਮੁੱਕ ਜਾਵੇਗੀ ਉਹਦਾ ਖਾਤਮਾ ਹੋਦਾ ਵੇਗਾ ਰਲ ਕੇ ਟੁਰੀ ਤੇ ਆਪਣੇ ਮਾਲਕ ਸਮੁੰਦਰ ਨੂੰ ਮਿਲ ਕੇ ਉਹਦੀ ਵਡਿਆਈ ਹੋਈ हे ਜੀਵ ਜੇ ਤੂੰ ਸੰਗਤ ਤੋਂ ਟੁੱਟ ਗਿਆ ਤੇ ਉਹ ਬੂੰਦ ਦੀ ਤਰ੍ਹਾਂ ਸਮਝੀ ਮੁੱਕ ਗਿਆ ਸੰਗਤ ਨਾਲ ਮਿਲਿਆ ਤੇ ਇੱਕ ਅੱਗੇ ਵੱਧਦਾ ਵੱਧਦਾ ਸਮੁੰਦਰ ਸਤਗੁਰੂ ਨਾਲ ਮਿਲਾਪ ਹੋ ਜਾਵੇਗਾ ਉਹਦਾ ਰੂਪ ਹੋ ਜਾਵੇਗਾ ਉਹਦੇ ਬਚਨਾਂ ਨੂੰ ਹਿਰਦੇ ਵਿੱਚ ਟਿਕਾ ਕੇ ਜਦੋਂ ਤੁਰੇਗਾ ਔਰ ਸਤਗੁਰੂ ਬਚਨ ਕਰਦੇ ਸਤਗੁਰ ਬਚਨ ਬਚਨ ਹੈ ਸਤਗੁਰ ਸਤਗੁਰੂ ਦੇ ਬਚਨ ਤੇ ਜਿਹੜੇ ਬਚਨ ਆ ਨਾ ਗੁਰੂ ਦੇ ਉਹੀ ਸਤਗੁਰੂ ਹੈ ਜਿਹੜੀ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਗੁਰੂ ਦੀ ਆਰ ਗੁਰੂ ਦੀ ਉਚਾਰਨ ਕੀਤੀ ਹ ਤੇ ਸਾਡਾ ਗੁਰੂ ਹੀ ਬਾਣੀ ਆ ਸਾਨੂੰ ਸਤ ਗੁਰੂ ਨੇ ਬਾਣੀ ਉਚਾਰਨ ਕਰਕੇ ਤੁਰ ਕੀ ਬਾਣੀ ਆਈ ਤਿੰਨ सगਲੀ ਚਿੰਤਾ ਮਟਾਈ ਤੁਰ ਦਰਗਾਹ ਤੋਂ ਨਿਰਗੁਣ ਸਰੂਪ ਵਿੱਚ ਆਵਾਜ਼ ਧੁਨ ਬ੍ਰਹਮ ਦੀ ਅਕਾਲ ਦੀ ਆਈ ਪਰ ਸਾਨੂੰ ਉਹਦਾ ਪਤਾ ਕੋਈ ਨਾ ਲੱਗਾ ਸੰਸਾਰੀਆਂ ਨੂੰ ਉਸ ਆਕਾਲ ਨੇ ਫਿਰ ਸਰਗੁਣ ਸਰੂਪ ਬਣਾਇਆ ਉਹ ਸ਼ਰੀਰ ਧਾਰ ਕੇ ਗੁਰੂ ਨਾਨਕ ਰੂਪ ਹੋ ਕੇ ਸੰਸਾਰ ਵਿੱਚ ਆਇਆ ਉਹ ਧੁਰ ਦਰਗਾਹ ਤੋਂ ਜਿਹੜੀ ਆ ਰਹੀ ਆਵਾਜ਼ ਸੀ ਨਾ ਉਹ ਸਾਨੂੰ ਸੁਣਾਈ ਸਮਝਾਈ ਏ ਤੁਹਾਡਾ ਗੁਰੂ ਜੇ ਇਹਨੇ ਤੁਹਾਡੇ ਅੰਦਰ ਵਸਣਾ ਜੇ ਇਹਨੇ ਤੁਹਾਡਾ ਅੰਧਕਾਰ ਕਟਣਾ ਜੇ ਜਿਹੜਾ ਇਹਨੂੰ ਮੰਨੇਗਾ ਉਹ ਤਰ ਜਾਵੇਗਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨਾ ਪ੍ਰਤੱਖ ਗੁਰੂ ਨਿਸਤਾਰੇ ਗੁਰੂ ਅੰਧਕਾਰ ਤੋਂ ਕਟਦਾ ਉਹ ਗੁਰਬਾਣੀ ਗੁਰੂ ਉਹਦੇ ਨਾਲ ਤੁਰ ਉਹਦੇ ਨਾਲ ਜੁੜ ਉਹ ਤੇਰਾ ਅੰਧਕਾਰ ਕੱਟੇਗੀ ਉਹ ਬਚਨ ਗੁਰੂ ਕੇ ਆ ਗੁਰਬਾਣੀ ਤੇ ਉਹਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਸਮਝਾਇਆ ਸਿੱਖਾ ਜਿਹੜਾ ਤੇਰਾ ਗੁਰੂ ਆ ਤੇ ਜਿਹੜੀ ਗੁਰੂ ਦੀ ਬਾਣੀ ਆ ਉਹੀ ਤੇਰਾ ਗੁਰੂ ਏ ਤੇ ਆਓ ਇਕੱਠੇ ਹੋ ਕੇ ਉਹਨੂੰ ਗਾਓ ਗੁਰੂ ਅਮਰਦਾਸ ਸਾਹਿਬ ਜੀ ਨੇ ਆਵਾਜ਼ ਮਾਰ ਕੇ ਕਿਹਾ ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਵਹ ਸੱਚੀ ਬਾਣੀ ਬਾਣੀ ਤਾਂ ਗਵਹ ਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਕਹ ਲੱਗੇ ਉਹਨਾਂ ਦੇ ਹਿਰਦੇ ਵਿੱਚ ਸਮਾਉਂਦੀ ਉਹ ਜਿਨ੍ਹਾਂ ਤੇ ਨਦਰ ਹੋਦਾ ਵੇ ਰਹਿਮਤ ਦੀ ਕਿਰਪਾ ਵਰਸ ਜਾਵੇ ਉਹ ਸਤਿਗੁਰੂ ਦੇ ਬਚਨ ਨੇ ਬਾਣੀ ਤੇ ਉਹ ਬਚਨ ਹੀ ਸਤਿਗੁਰੂ ਰੂਪ ਹੈ ਸਤਿਗੁਰੂ ਵੱਖਰਾ ਨਹੀਂ ਤੇ ਬਾਣੀ ਵੱਖਰੀ ਨਹੀਂ ਬਾਣੀ ਹੀ ਗੁਰੂ ਆ ਤੇ ਗੁਰੂ ਹੀ ਬਾਣੀ ਆ ਪਦਰ ਮੁਕਤ ਜਨਾਵੇ ਗੋ ਪਦਰ ਬਣ ਕੇ ਮੋਢੀ ਬਣ ਕੇ ਮੋਰਲਾ ਬਣ ਕੇ ਉਹਦੇ ਤੋਂ ਮੁਕਤੀ ਦਾ ਢੰਗ ਗੁਰੂ ਬਾਣੀ ਦੱਸੇਗੀ ਕਿਵੇਂ ਬੰਧਨਾਂ ਤੋਂ ਮੁਕਤ ਹੋਣਾ ਹੈ ਜੁਨੀਆਂ ਤੋਂ ਕਿਵੇਂ ਬਚਣਾ ਹੈ ਬਾਣੀ ਬਗੈਰ ਕੋਈ ਨਹੀਂ ਦੱਸਦਾ ਮਹਾਰਾਜ ਸੱਚੀ ਸਰਕਾਰ ਕਹਿੰਦੇ ਉਹਦੇ ਨਾਲ ਜੁੜ ਔਰ ਉਹਦੇ ਤੇ ਭਰੋਸਾ ਕਰ ਜਿਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਹੋ ਆਪੋ ਬੋਲ ਨਾ ਜਾਣਦਾ ਕਹਿੰਦੇ ਮੈਨੂੰ ਆਪਣੇ ਆਪ ਕੋਈ ਬੋਲ ਨਹੀਂ ਆਉਂਦਾ ਮੈਂ ਕੁਝ ਨਹੀਂ ਜਾਣਦਾ ਇਹ ਨਾ ਸਮਝ ਲੈਣਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦਿਆ ਜਾਂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦਿਆ ਨਹੀਂ ਕਹਿੰਦੇ ਹਉ ਆਪੋ ਬੋਲ ਨਾ ਜਾਣਦਾ ਮੈਂ ਆਪਣੇ ਆਪ ਤੋਂ ਕੁਦ ਨਹੀਂ ਜਾਣਦਾ ਮੈਂ ਕਹਿਆ ਸਭ ਹੁਕਮ ਮਾਉ ਜੀਓ ਕਹਿੰਦੇ ਮੈਨੂੰ ਸਾਰਾ ਹੁਕਮ ਕਿਆ ਜੋ ਆਕਾਲ ਨਿਰਗੁਣ ਦਾ ਮੈਂ ਉਹ ਕਹਿਆ ਉਹ ਤੁਹਾਨੂੰ ਸੁਣਾਇਆ ਹੈ ਉਹਦਾ ਹੁਕਮ ਮਾਲਕ ਦਾ ਜਿਹਦੇ ਹੁਕਮ ਵਿੱਚ ਸਭ ਕੁਝ ਹੈ ਜਿਹਦੇ ਹੁਕਮ ਨਾਲ ਆਕਾਰ ਹੁੰਦੇ ਆ ਜਿਹਨੂੰ ਮਹਾਰਾਜ ਕਹਿੰਦੇ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਾ ਜਾਈ ਹੁਕਮੀ ਹੋਵਣ ਦੀ ਹੁਕਮਾ ਜਿਹੜਾ ਉਹਦਾ ਬਹੁਤ ਵੱਡਾ ਉਹਦੇ ਹੁਕਮ ਵਿੱਚ ਸਭ ਕੁਝ ਹੈ ਉਹਦੇ ਹੁਕਮ ਤੋਂ ਬਾਹਰ ਕੋਈ ਨਹੀਂ ਸਾਰੇ ਹੁਕਮ ਦੇ ਅੰਦਰ ਚੱਲਦੇ ਹੁਕਮ ਹੈ ਅੰਦਰ ਸਭ ਕੋ ਬਾਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ 부ਜੈ ਤਾਂ ਹਉ ਮੈਂ ਕਹਿ ਨਾ ਕੋਏ ਜਿਨ ਹੁਕਮ ਸਮਝ ਆ ਗਿਆ ਉਹ ਹਉ ਮੈਂ ਨਹੀਂ ਕਰਦਾ ਜਿਨ ਹੁਕਮ ਸਮਝ ਨਹੀਂ ਆਇਆ ਉਹ ਹਉ ਮੈਂ ਕਰਦਾ ਕਹਿਣ ਲੱਗੇ ਉਹਦਾ ਸਾਰਾ ਹੁਕਮ ਏ ਤੇ ਮਹਾਰਾਜ ਕਹਿੰਦੇ ਜੈਸੀ ਮੈਂ ਆਵੈ ਖਾਸਮ ਕੀ ਬਾਣੀ ਸਤਿਗੁਰੂ ਕਹਿੰਦੇ ਜਿਸ ਤਰ੍ਹਾਂ ਮੇਰੇ ਮਾਲਕ ਦੀ ਬਾਣੀ ਆ ਰਹੀ ਏ ਮੇਰੇ ਕੋਲ ਪਹੁੰਚ ਰਹੀ ਆ ਤੈਸੜਾ ਕਰੀ ਗਿਆ ਨਵੇਂ ਲਾਲੋ ਏ ਭਾਈ ਲਾਲੋ ਮੈਂ ਤਾਂ ਉਸ ਤਰ੍ਹਾਂ ਜਿਹੜਾ ਨਾ ਬਿਆਨ ਕਰਨਿਆ ਉਹ ਅੱਗੇ ਜਨਾਰਿਆ ਜੋ ਮੈਨੂੰ ਗੁਰੂ ਦੱਸ ਰਿਹਾ ਹੈ ਭੇਜ ਰਿਹਾ ਹੈ ਸੁਨੇਹਾ ਮੈਂ ਤਾਂ ਉਹਦਾ ਸੁਨੇਹਾ ਉਹਦੀ ਕਲਕਣਾ ਤੱਕ ਪਹੁੰਚਾ ਰਿਹਾ ਹਾਂ ਉਹਦੇ ਤੱਕ ਉਹ ਜਿਹੜੀ ਬਾਣੀ ਜਦੋਂ ਤੁਰਕੀ ਬਾਣੀ ਫਿਰ ਉਹ ਆਈ ਤੇ ਉਸਨੇ ਸਗਲੀ ਚਿੰਤ ਮਟਾਈ ਉਹ ਚਿੰਤਾ ਨੂੰ ਮਟਾਉਣ ਵਾਲੀ ਏ 부ਝੀਏ ਬੁਲਾਏ ਕੈ ਉਹਨੂੰ 부ਝ ਗੁਰੂ ਨੂੰ ਪੁੱਛ ਗੌਰ ਪੁੱਛ ਲੇਖ ਵਿਚਾਰ ਗੁਰੂ ਨੂੰ ਪੁੱਛ ਮੈਂ ਕੀ ਲਿਖਾਂ ਗੁਰ ਪੁੱਛ ਲੇਖ ਵਿਚਾਰ ਨਾਮ ਲੇਖ ਸਲਾਹ ਲੇਖ